ਇਹ ਤਾਂ ਉਹਨਾਂ ਦੀ ਤਕਰੀਰ ਲੋਕ ਖਾਹਿਸ਼ਮੰਦ ਨੇ ਉਹਨਾਂ ਨੂੰ ਟਾਈਮ ਦਿੱਤਾ ਵਜੇ ਕਿਉਂਕਿ ਉਹ ਸਟਾਰ ਥੀਨੇ ਥੀਨੇ ਵੀ 15-20 ਮਿੰਟ ਲੈਂਦੇ ਵੱਧ ਵੱਧ ਦੀਆਂ ਗਾਲੀ ਕਰਦੇ। ਮੈਂ ਸਾਰੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਨਾ ਔਰ ਜਿਵੇਂ ਸ਼ਹੀਦ ਅਕਬਰ ਖਾਨ ਪਿਆ ਦਾ ਨਾ ਵੀ ਚਸ ਆ ਗਈ ਏ ਉਹ ਕਿੱਦਾਂ ਸੜਕ ਏ ਉਤੋਂ ਗਿਣ ਕੇ ਤੇ ਸੰਦੇਸ਼ ਤੱਕ ਬੰਦੇ ਹੀ ਬੰਦੇ ਔਰ ਇਹਨਾਂ ਬੰਦਾਂ ਨੂੰ ਇਕੱਠਾ ਕਰਨਾ ਇਹ ਖਾਨਾ ਜੀ ਦਾ ਘਰ ਨਹੀਂ ਇਹ ਲੋਕ ਦਿਲ ਦੀਆਂ ਗਹਿਰਾਈਆਂ ਨਾਲ ਲੈ ਕਰਨ ਕਹਿ ਕੁਛ ਨਹੀਂ ਆਖਾ ਲੋਕ ਚਾਹੁੰਦੇ ਹਨ ਕਿ ਨਿਵਾਣੀ ਜੀ ਤੋਂ ਪਹਿਲੇ ਮਨਕੇਰੇ ਚ ਜਲਸੇ ਕਰਨ ਤਾਂ ਕਿ ਲੋਕ ਇਹ ਚੀਜ਼ ਦਾ ਸਬੂਤ ਦੇਣ ਕਿ ਅਸਾਂ ਨਿਵਾਣੀਆਂ ਦੇ ਨਾਲ ਹੈ ਇਹ ਜਿਹੜੀਆਂ ਬਿਰਾਦਰੀਆਂ ਸ਼ਾਮਿਲ ਗਈਆਂ ਇਹ ਕਾਫੀ ਦੇਰ ਪਹਿਲੇ ਸਾਰੇ ਨਾਲ ਇਹਨਾਂ ਇਲਾਕ ਦਾ ਐਲਾਨ ਕੀਤਾ ਸ਼ਹੀਦ ਅਕਬਰ ਖਾਨ ਤੇ ਮੇਰਾ ਇਖਤਲਾਫ ਹੀ ਆਈ ਮੈਂ ਜਿਹੜੇ ਦੋਸਤ ਆਂਦੇ ਜਲਸਾ ਕਰੋ ਤੇ ਠਾ ਠਾ ਕਰੋ ਹੁਣ ਇੱਕ ਲੰਬੀ ਫਹਿਰਿਸਤ ਇੱਕ ਲੰਬੀ ਫਹਿਰਿਸਤ ਇਹਨਾਂ ਜਿਹੜੇ ਜਲਸੇ ਤੀਵਣ ਲੇਕਿਨ ਮੈਂ ਵੱਧ ਅੰਦੇਸ਼ ਹੈ ਸ਼ਹੀਦ ਅਕਬਰ ਖਾਨ ਲਾਹੌਰ ਦੀ ਮਸਰੂਫੀਅਤਾਂ ਨੂੰ ਪਤਾ ਨਹੀਂ ਸਾਨੂੰ ਕਿੰਨਾ ਟਾਈਮ ਦੇ ਦੇਣ ਤਾਂ ਕਿ ਅਸਾਂ 2-4 ਇਹੋ ਜਿਹੇ ਵੱਡੇ ਜਲਸੇ ਕਰੂੰ ਤਾਂ ਕਿ ਮੁਖਾਲਫਾ ਨੂੰ ਸ਼ਿਕਸਤ ਤੇ ਫਾਜ ਤੇ ਵੀ ਪਹਿਲੇ ਨਜ਼ਰ ਆਉਣ ਲੱਗ ਪੈਂਦੇ ਇੱਕ ਦਫ਼ਾ ਫਿਰ ਮੈਂ ਸਾਰੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਨਾ ਔਰ ਇਹ ਗੱਲ ਬਿਲਕੁਲ ਸਾਡੇ ਵੀ ਨਾ ਠੀਕ ਕੀਤੀ ਹੈ ਕਿ ਇਨਸ਼ਾ ਅੱਲਾਹ ਤਾਲਾ ਮੇਨ ਕੰਮ ਜਿਹੜੇ ਨਾ ਉਹ ਨਿਵਾਣੀਆਂ ਦੇ ਖਾਤੇ ਚ ਨਹੀਂ ਮੁਖਾਲਫਾਂ ਦੇ ਖਾਤੇ ਹੀ ਸੜਕਾਂ ਮੁਰੰਮਤ ਇਹ ਕਰ ਦਿੰਦੇ ਵੀ ਆਏ ਕੁਝ ਵੀ ਨਹੀਂ ਕਰ ਦਿੰਦੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜਨਾਬ ਸ਼ਹਿਨਸ਼ਾਹ ਤਾਮੀਰਾਤ ਸਰਦਾਰ ਹਮੀਦ ਅਕਬਰ ਖਾਨ ਨਿਵਾਣੀ ਸਾਹਿਬ ਆਪ ਲੋਕੋ ਕੋ ਏਕ ਔਰ ਖੁਸ਼ਖਬਰੀ ਸੁਣਾਤੇ ਹੈ ਕਿ ਅਭੀ ਅਭੀ ਮਲਿਕ ਗਰੁੱਪ ਕੀ ਏਕ ਵਿਕਟ ਗਿਰੀ ਹੈ ਬਿਗ ਸਦਰ ਸੇ ਢੋਲ ਬਿਰਾਦਰੀ ਨੇ ਨਿਵਾਨੀ ਅਵਾਮੀ ਮਹਾਜ ਮੇ ਸ਼ਮੂਲੀਅਤ ਕਾ ਐਲਾਨ ਕਰ ਦਿਆ ਹੈ ਜਿਨ ਮੇ ਗੁਲਾਮ ਸ਼ਬੀਰ ਢੋਲ ਸਾਹਿਬ ਮਲਿਕ ਸ਼ਕੀਲ ਅਹਿਮਦ ਢੋਲ ਸਾਹਿਬ ਮਲਿਕ ਮੂਸਾ ਢੋਲ ਸਾਹਿਬ ਔਰ ਦੀਗਰ ਬਿਰਾਦਰੀ ਆਪ ਲੋਕੋ ਕੋ ਬਹੁਤ ਬਹੁਤ ਮੁਬਾਰਕ ਹੋ ਇਨਸ਼ਾਅੱਲਾ ਬਹੁਤ ਜਲਦ ਵਹਾਂ ਪੇ ਜਲਸਾ ਮੁਨਕਿਦ ਹੋਗਾ ਔਰ ਅਬ ਆਖਿਰ ਮੇ ਮੈਂ ਜਿਸ ਸ਼ਖਸੀਅਤ ਕੋ ਦਾਵਤ ਖਿਤਾਬ ਦੇਣੇ ਜਾ ਰਹਾ ਹੂੰ ਕਹਤੇ ਹੈ ਨਾ ਕਿ ਅੱਲਾ ਪਾਕ ਸਰ ਦੇਖ ਕਰ ਸਰਦਾਰੀ ਦੇਤਾ ਹੈ ਤੋ ਵੋ ਤੋ ਸਰਦਾਰੋ ਕੇ ਸਰਦਾਰ ਹੈ ਉਨਕੀ ਨਜ਼ਰ ਉਨਕੀ ਨਜ਼ਰ ਦੋ ਸ਼ੇਰ ਕਰੂੰਗਾ ਕਿ ਸਾਰੇ ਸਿਰ ਸਰਦਾਰ ਨਹੀਂ ਹੁੰਦੇ ਸਾਰੇ ਸਿਰ ਸਰਦਾਰ ਨਹੀਂ ਹੁੰਦੇ ਗਰਜ਼ਾਂ ਹੁੰਦੀਆਂ ਪਿਆਰ ਨਹੀਂ ਹੁੰਦੇ ਅੰਨ ਦੀ ਖਾਤਰ ਆਰ ਨਾ ਵੇਚੋ ਲਾਲਚੀ ਕਹਿੰਦੇ ਯਾਰ ਨਹੀਂ ਹੁੰਦੇ ਆਪਣੀ ਤਾਲੀਆਂ ਕੀ ਗੂੰਜ ਮੇ ਸਭ ਤੋਂ ਪਹਿਲੇ ਮਲਿਕ ਬਰਾਦਰੀ ਮਲਿਕ ਬਰਾਦਰੀ ਤੇ ਬਾਕੀ ਤਮਾਮ ਦੋਸਤਾਂ ਦਾ ਬਿਆਨ ਹਮੇਸ਼ਾ ਦੋਸਤ ਮੇਰੇ ਤੇ ਗਿੱਲਾ ਰੱਖਦੇ ਮੈਂ ਤੂੰ ਆਉਂਦਾ ਨਹੀਂ ਜਲਸ ਤੇ ਮਾਈਕੂ ਇਹ ਚਟਣੀ ਵਾਂਗੂ ਆਪਣੇ ਰੱਖ ਲੈਂਦੇ ਹੁਣ ਅੰਦਾਜ਼ਾ ਲਓ ਭਈ ਕੋ ਟਾਈਮ ਹੈ ਤਕਰੀਬ ਦਾ ਜਿਵੇਂ ਅੱਲਾਹ ਅਕਬਰ ਦੀ ਅੱਧੀ ਮਖਲੂਕ ਲੱਗੀ ਰਹੀ ਇਹ ਕਿ ਇੱਥੋਂ ਦੀ ਅਡੂ ਜਾ ਮੈਂ ਕੋ ਸਪੀਕਰ ਖਰਾਬ ਕਰ ਬਹਰਹਾਲ 45 ਸਾਲ ਨਸ਼ੇਬੋ ਫਰਾਰ ਵਿੱਚ ਮੈਂ ਗੁਜ਼ਰਾਂ
और जिंदगी दा मिशन ही ये रखे कि गरीब की खिदमत करनी। हर बेसहारे मर खड़ूंगा, एक मिनट सबर। हर बेसहारे का सहारा, अमीर आदमी का हर बंदा सहारा बन, हर जालिम का हर बंदा सहारा बनन वास्ते का, मजलूम ते गरीब बंदे का सहारा बनन वास्ते कोई क्या। मैं जिंदगी का मिशन ही आके जो रखे कि गरीब ते मजलूम नाल खड़ो रहे, क्योंकि हर बंदे को अगर आना मेरे को तेरी इज्जत मेरे बराबर, तेरी इज्जत मेरे बराबर, मेरे तू घट नहीं करी। जब अल्लाह ने पैदा की थे तो इज्जतदार बना के उनको पैदा की थे, मगर रिज्क भी अल्लाह दिता है उन लोगों का, रिज्क घटता है इज्जत जी। मैं जरूरी समझेगा ये आखन जी असा बड़ी तमीरात की थी, बिल्कुल की थी, उसी मन कह रहे कुछ नहीं बना चुका। याद आना कि छह सात साल पहले पिछड़े दौर जिला बने थे, मनकेरा मैं कह कि सिर्फ अगर तसील बनाई है तो निमानी उस गवर्नर जनरल जनानिया दी थी आबादी घटे, असा आखा आबादी घटे मगर सारा दिल वे लोगों के दिल एक तहसील बना, और जिला किधे गया जवैया किधे गया, हूं भी कुछ राग गांधा हो सकता हो चंगे। हर बंदे का ओहदे ते आके उनका अंदर का जेड़ा बुखार होंगे वो सामने उठते, हर एक समझ आ गई किस कुमाश का बंद। सन 2018 तू पहले ये न्यू खान से मैं आई लाओ ये बिरा खड़े ना जीप खराब है पैसे को मैंने ठीक कर आज तो परांठ जनाब पजारो बिना लाश पर असा गैरत की सियासत इज्जत ही लोगों की, असा अपने दे दू दू मन गोश्त नहीं लगता।